ਹਾਂਜੀ, ਅੱਜ ਗੱਲ ਕਰਨ ਜਾ ਰਹੇ ਹਾਂ ਜਿਹੜਾ ਭਾਰਤ ਦੇਸ਼ ਆ ਦੁਨੀਆ ਦੇ ਵਿੱਚ ਸਭ ਤੋਂ ਵੱਡਾ, ਆਪਣੇ ਆਪ ਨੂੰ ਲੋਕਤੰਤਰਿਕ ਦੇਸ਼ ਕਹਾਉਂਦਾ, ਇੱਕ ਅਖੌਤੀ ਲੋਕਤੰਤਰ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਵੱਡੀ ਲੀਡ ਦੇ ਵਿੱਚ ਜਿੱਤੇ ਨੇ, ਉਹਨਾਂ ਨੂੰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਮਿਲ ਕੇ ਦੋਨੇ NSA ਅੱਗੇ ਵਧਾ ਰਹੀਆਂ ਨੇ ਅਤੇ ਬਾਹਰ ਨਹੀਂ ਨਿਕਲਣ ਦੇ ਰਹੇ। ਲੋਕਾਂ ਨੇ ਵੱਡੀ ਲੀਡ ਨਾਲ ਜਿਤਾਇਆ, ਜਿਹੜੀਆਂ ਦੂਜੀਆਂ ਪੰਜਾ ਝਾੜੂ ਤੱਕੜੀ, ਇਹ ਇੱਕ ਭਾਜਪਾ ਹੋ ਗਈ, ਇਹਨਾਂ ਨੂੰ ਲੋਕਾਂ ਨੇ ਬਿਲਕੁਲ ਨਕਾਰਤਾ। ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਡੀ ਲੀਡ ਦੇ ਉੱਤੇ ਜਿਤਾਇਆ, ਹਾਲਾਂਕਿ ਝਾੜੂ ਵਾਲਿਆਂ ਨੇ ਬੜਾ ਜ਼ੋਰ ਲਾਇਆ ਸੀ ਉੱਥੇ, ਇੱਕ ਉਹ ਨਚਾਰ ਜਿਹਾ ਖੜਾ ਕੇ ਕਰਮਜੀਤ ਅਨਮੋਲ, ਪਰ ਕੁਛ ਨਹੀਂ ਬਣਿਆ, ਸੰਗਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਅਤੇ ਦੂਜੇ ਪਾਸੇ ਉਹ ਬੰਦਾ ਰਵਨੀਤ ਬਿੱਟੂ ਜਿਹਨੂੰ ਲੋਕਾਂ ਨੇ ਘਟੀਆ ਸਮਝ ਕੇ ਹਰਾਇਆ, ਅਤੇ ਭਾਰਤ ਦੇ ਵੱਡੇ ਲੋਕਤੰਤਰਿਕ ਦੇਸ਼ ਨੇ ਹਾਰਿਆ ਹੋਇਆ ਬੰਦਾ ਲੋਕਾਂ ਦੇ ਸਿਰ ਤੇ ਬਿਠਾਤਾ, ਇੱਕ ਹਾਰਿਆ ਹੋਇਆ ਬੰਦਾ ਲੋਕਾਂ ਦੇ ਸਿਰ ਤੇ ਬਿਠਾਤਾ, ਲਿਆ ਕੇ ਬਈ ਉਹਨੂੰ ਮੰਤਰੀ ਬਣਾਤਾ, ਜਿਹਨੂੰ ਲੋਕਾਂ ਨੇ ਨਕਾਰਿਆ, ਜਿਹਨੂੰ ਲੋਕਾਂ ਨੇ ਜਿਤਾਇਆ, ਉਹ ਜੇਲ੍ਹ ਦੇ ਵਿੱਚ ਬੈਠਾ, ਉਹਨੂੰ ਸਹੁੰ ਚੁੱਕਣ ਦੀ ਵੀ ਆਗਿਆ ਨਹੀਂ ਹੈਗੀ। ਹੁਣ ਇਹ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਭਾਰਤ ਦੇਸ਼ ਆ ਜਿਹੜਾ, ਇਹ ਲੋਕਤੰਤਰਿਕ ਆ ਜਾਂ ਰਾਜਤੰਤਰਿਕ ਆ।